57 ਵੇਟ ਕੁੜੀ ਦਾ ਨਹੀਂ ਨਹੀਂ 57 ਤਾਂ ਬਹੁਤ ਜ਼ਿਆਦਾ ਹੋ ਗਿਆ। 47 ਵੇਟ ਕੁੜੀ ਦਾ ਮਰ ਗਈ ਸੰਡੇ ਮਰ ਗਈ ਸੰਡੇ ਚ ਕੀ ਹੋ ਗਿਆ ਸੰਡੇ ਦੇ ਮਾਮਾ ਮੈਂ ਮਰ ਗਈ ਮਰੇ ਤੇ ਅਸੀਂ ਪਏ ਆ ਮਹਿਸੂਸ ਤੇ ਕਰੋ ਪਲੀਜ਼ ਮੈਨੂੰ ਮੇਰੇ ਕਮਰੇ ਚ ਲੈ ਚਲੋ ਲਿਆਣ ਨੂੰ ਤਾਂ ਆਪਣੇ ਕਮਰੇ ਚ ਵੀ ਲੈ ਜਾਵਾਂ ਮੇਰਾ ਵਾਸੇ ਨਹੀਂ ਚੱਲਦਾ ਕਹੀ ਜਾਂਦੇ ਹੋ ਚਲੋ ਉੱਠੋ 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 ਆਪਣੀ ਨਜ਼ਰ ਲੱਗ ਗਈ ਓ ਲਾ 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 ਇੱਕ ਤਾਂ ਆਪਣੇ ਮੈਨੇਜਰ ਵਰਗੀਆਂ ਬਿੰਗੀਆਂ ਟੇਡੀਆਂ ਜੀਆਂ ਪੌੜੀਆਂ ਬਣਾ ਲੀਆਂ ਸਿੱਧੀਆਂ ਨਹੀਂ ਬਣਾ ਹੁੰਦੀਆਂ ਸੀ ਹਾਏ ਮੇਰੀ ਲੱਤ ਆ ਜਾ ਸੈਂਡੀ ਜੀ ਇਹ ਕੀ ਭਾਣਾ ਵਰਤ ਗਿਆ ਡਿੱਗਣ ਤੋਂ ਪਹਿਲਾਂ ਦੱਸ ਨਹੀਂ ਹੁੰਦਾ ਸੀ ਕਿ ਡਿੱਗਦੀ ਨੂੰ ਆਣ ਸੰਭਾਲ ਜਿੰਦ ਮੇਰੀ ਤਾਂ ਬਚਦੀ ਲੈ ਚੱਲ ਫੁੰਮਣਾ ਵੇ ਨਾਲ ਦੇ ਮਾਮਾ ਬਹੁਤ ਪੇਨ ਹੋ ਰਹੀ ਹੈ ਹਾਏ ਤੇਰੀ ਆਈ ਮੈਂ ਮਰ ਜਾ ਮੇਰਾ ਵਾਲ ਵਿੰਗਾ ਨਾ ਹੋਵੇ ਤੁਸੀਂ ਠੀਕ ਹੋ ਕੇ ਬੈਠੋ ਮੈਂ ਮਾਲਿਸ਼ ਕਰਦਾ ਜਿੱਥੇ ਤੁਹਾਡੇ ਸੱਟ ਲੱਗੀ ਆ ਕਿੰਨਾ ਕੁ ਦਰਦ ਹੋ ਰਿਹਾ ਰਾਜੇ ਦੇ ਮਾਮਾ ਤੁਸੀਂ ਚਾਹੇ ਜਿੰਨੇ ਮਰਜ਼ੀ ਹੱਥ ਪੈਰ ਚਲਾਓ ਆਈ ਥਿੰਕ ਤੁਹਾਡੇ ਕੋਲ ਆਰਾਮ ਨਹੀਂ ਆਣਾ ਤੁਸੀਂ ਸ਼ਮਸ਼ੇਰ ਜੀ ਨੂੰ ਬੁਲਾਓ ਮੈਂ ਸ਼ਮਸ਼ੇਰ ਨੂੰ ਬੁਲਾਉਣ ਉਹ ਸਾਲਾ ਹਕੀਮ ਤਾਰਾ ਚੰਦਾ ਨਾਲੇ ਮੈਂ ਮਰ ਗਿਆ ਮੇਰਾ ਜੀ ਕਰਦਾ ਮੈਂ ਥੋੜੀਆਂ ਮਾਰ ਮਾਰੋ ਪੌੜੀਆਂ ਹੀ ਭੰਨ ਦੇ ਜਿੱਥੋਂ ਤੁਸੀਂ ਡਿੱਗੇ ਸੀ ਮਾਮਾ ਜੀ ਜੇ ਤੁਸੀਂ ਸਾਡੀਆਂ ਪੌੜੀਆਂ ਹੀ ਭੰਨਤੀਆਂ ਸਾਡੇ ਭੂਆ ਜੀ ਉੱਪਰ ਚੜਨਗੇ ਕਿੱਥੋਂ ਬੈਂਕਾਕ ਆ ਗਈ ਪਰ ਅਕਲ ਨਹੀਂ ਆਈ ਹਾਂਜੀ ਇਹਨੂੰ ਕਹਿ ਰਿਹਾ ਓਏ ਕਮਲੀਏ ਅੱਜ ਕੱਲ੍ਹ ਲੋਕੀ ਉੱਪਰ ਚੜਨ ਲਈ ਪੌੜੀ ਦਾ ਇਸਤੇਮਾਲ ਘੱਟ ਕਰਦੇ ਆ ਘੋੜੀ ਦਾ ਵੱਧ ਕਰਦੇ ਆ ਲੱਗੀਆਂ ਗੱਲਾਂ ਮਾਰਨ ਤੁਸੀਂ ਦੱਸੋ ਜੀ ਦਰਦ ਕਿੱਥੇ ਹੋ ਰਿਹਾ ਉੱਥੇ ਇੱਥੇ ਥੋੜਾ ਉੱਤੇ ਇੱਥੇ ਥੋੜਾ ਹੋਰ ਉੱਤੇ ਤੂੰ ਬਾਹਰ ਚੱਲ ਮਾਮਾ ਜੀ ਜੇ ਤੁਹਾਡੀ ਗੱਲ ਸਮਝ ਨਹੀਂ ਉੱਤਰ ਰਹੀ ਤਾਂ ਮੈਂ ਸ਼ਮਸ਼ੇਰ ਜੀ ਨੂੰ ਬੁਲਾਵਾਂ ਉਹ ਤਾਂ ਆਪਣੇ ਉਤਰੇ ਮੁੱਢ ਤਾਂ ਸਾਲਾਂ ਤੋਂ ਚਾਹ ਨਹੀਂ ਹੋਏ ਹੈ ਤੱਕ ਲੋਕਾਂ ਦੇ ਹੱਡ ਗੋਡੇ ਚਾੜ ਦੂਗਾ ਨਾਲੇ ਇੱਕ ਗੱਲ ਨਾ ਭੁੱਲੀ ਜਿਹਦਾ ਗੰਨਾ ਉਹਦੀ ਉਹ ਭੇਲੀ ਜਿਹਨੇ ਪੱਟ ਲਈ ਸਮਝ ਲਾਉਂਦੀ ਹੈ ਸਹੇਲੀ ਮਤਲਬ ਅੱਬਾ ਮੇਰਾ ਮਤਲਬ ਤੂੰ ਬਹੁਤ ਕਿਆ ਸਲਾਹ ਨਾ ਦੇ ਅੰਦਰੋਂ ਲਿਆ ਕੇ ਹਲਦੀ ਵਾਲਾ ਦੁੱਧ ਦੇ ਠੀਕ ਹੈ ਜੀ ਬਟ ਆਈ ਡੋਂਟ ਲਾਈਕ ਦੁੱਧ ਚੱਲ ਕੱਲੀ ਹਲਦੀ ਲਿਆ ਦੇ ਸ਼ੁੱਧ ਤੇਰੇ ਯਾਰ ਨੂੰ ਤਾਂ ਨੰਗ ਪੁਣੇ ਦਾ ਚੜ ਗਿਆ ਬੁਖਾਰ ਭੱਲੀਏ ਓਏ ਹੋਏ ਹੋਏ ਓ ਬੱਲੇ ਪ੍ਰੀਤੋ ਜੀ ਕਰੋ ਮੂੰਹ ਮਿੱਠਾ ਜੀ ਮੈਂ ਕਿ ਕਿਸ ਖੁਸ਼ੀ ਚ ਸ਼ਮਸ਼ੇਰ ਸਿੰਘ ਜੀ ਤੁਸੀਂ ਮੇਰਾ ਮੂੰਹ ਮਿੱਠਾ ਕਰਾ ਰਹੇ ਹੋ ਵੈਸੇ ਓ ਪਰੇ ਹੋ ਤੇ ਚੜਦੀ ਜਾਨੀ ਆ ਏਦਾਂ ਪੀਆਰ ਨਹੀਂ ਮਿਲਦੀ ਓ ਸਾਡੇ ਘਰ ਭਤੀਜਾ ਜੰਮਿਆ ਮੈਂ ਚਾਚਾ ਬਣ ਗਿਆ ਉਹਦੀ ਖੁਸ਼ੀ ਚ ਮੂੰਹ ਮਿੱਠਾ ਕਰਾਉਣਾ ਲੋਕਾਂ ਦੇ ਨਿਆਣੇ ਜੰਮਣ ਦੀ ਖੁਸ਼ੀ ਮਨਾਈ ਜਾਈ ਕਦੇ ਆਪਣੇ ਵਿਆਹ ਬਾਰੇ ਨਾ ਸੋਚੀ ਕੀ ਕਹਿਣਾ ਚਾਹੁੰਦੀ ਆ ਤੂੰ ਹਾਂ ਕਹਿਣਾ ਇਹ ਚਾਹੁੰਦੀ ਆ ਉਹ ਜਿਸ ਨਾਗਮਣੀ ਦੇ ਪਿੱਛੇ ਤੂੰ ਤੁਰਿਆ ਫਿਰਦਾ ਨਾ ਉਹ ਕਿਸੇ ਹੋਰ ਜੋਗੀ ਦੀ ਝੋਲੀ ਚ ਡਿੱਗੀ ਨਾ ਬੋਲੀ ਤਾਂ ਦੱਸਾਂ ਮੈਂ ਮੇਰੀ ਤੇ ਯਕੀਨ ਨਹੀਂ ਆਉਂਦਾ ਨਾ ਤਾਂ ਜਾ ਕੇ ਦੇਖ ਲੈ ਉਸ ਕਮਰੇ ਦੇ ਵਿੱਚ ਦੇਖ ਸਾਲਾ ਕਿੱਦਾਂ ਪੈਰਾਂ 'ਚ ਲਿਪਟਿਆ ਪਿਆ ਜਿਵੇਂ ਝੋਨੇ ਨੂੰ ਪੱਤਾ ਲਪੇਟ ਸੁੰਦੀ ਪੈਂਦੀ ਆ ਓ ਬ੍ਰਹਮਪੁਰੀਆ ਆ ਕੀ ਸੀਨ ਓਏ ਸੀਨ ਤਾਂ ਤੈਨੂੰ ਮੈਂ ਬਾਅਦ ਸਮਝਾ ਦੂੰ ਪਹਿਲਾਂ ਅੱਜ ਮੈਂ ਤੈਨੂੰ ਆਪਣਾ ਨਾਮ ਚੰਗੀ ਤਰ੍ਹਾਂ ਸਮਝਾ ਦਵਾਂ ਤੂੰ ਮੇਰੇ ਇੰਨੇ ਨਾਮ ਬਦਲਿਆ ਇੰਨੇ ਨਾਮ ਬਦਲਿਆ ਹੁਣ ਮੈਨੂੰ ਖੁਦ ਨੂੰ ਚੇਤਾ ਭੁੱਲ ਗਿਆ ਮੇਰਾ ਅਸਲੀ ਨਾਮ ਕੀ ਆ ਆਏ ਬਸ ਕਰ ਓਏ ਬੰਦ ਕਰ ਆਪਣਾ ਡਰਾਮਾ ਸਾਨੂੰ ਨਹੀਂ ਚਾਹੀਦਾ ਤੇਰਾ ਲੁੱਚਾ ਗਾਉਣਾ ਵਜਾਉਣਾ ਆਪਣਾ ਟੈਂਡ ਫੋੜੀ ਚੱਕੋ ਤਿੱਤਰ ਹੋਵੋ ਇੱਥੋਂ ਇਹ ਕੀ ਹੋ ਰਿਹਾ ਮੈਮ ਸਾਨੂੰ ਤਿੱਤਰ ਹੋਣ ਨੂੰ ਕਹਿ ਰਿਹਾ ਇੱਥੋਂ
ਸ਼ਮਸ਼ੇਰ ਜੀ, ਤੁਸੀਂ ਕੌਣ ਹੁੰਦੇ ਨਾਲ ਤਿੱਤਰ ਕਰਨ ਵਾਲੇ? ਖਬਰਦਾਰ, ਜੇ ਫੁੰਮਨ ਜੀ ਦੀ ਸ਼ਾਨ ਦੇ ਖਿਲਾਫ ਇੱਕ ਸ਼ਬਦ ਵੀ ਬੋਲਿਆ ਤਾਂ। ਕਮਾਲ ਕਰਦੇ ਆ ਮੈਡਮ ਤੁਸੀਂ, ਉਹ ਸ਼ਬਦ ਨੂੰ ਅੰਜਾਮ ਦੇ ਜਾਣ ਡਿਆ। ਮੈਂ ਇੱਕ ਸ਼ਬਦ ਨਾ ਬੋਲਾਂ, ਮੈਂ ਟੱਟੂ ਦਾ ਮੈਨੇਜਰ ਆ। ਸ਼ਮਸ਼ੇਰ ਜੀ, ਮਾਈਂਡ ਯੋਰ ਲੈਂਗੁਏਜ। ਤੁਹਾਨੂੰ ਪਤਾ ਵੀ ਹੈ ਫੁੰਮਨ ਜੀ ਇੱਥੇ ਕਿਉਂ ਹੈ? ਪਤਾ ਨਹੀਂ, ਕੱਲ ਰਾਤ ਮੈਂ ਪੌੜੀਆਂ ਤੋਂ ਡਿੱਗ ਗਈ ਸੀ, ਮੇਰੇ ਮੋਹ ਚ ਆ ਗਈ। ਫੁੰਮਨ ਜੀ ਮੈਨੂੰ ਆਪ ਚੁੱਕ ਕੇ ਬੈਡਰੂਮ ਤੱਕ ਲਿਆਏ ਨੇ। ਚੁੱਕ ਕੇ? ਹਾਂ, ਤੇ ਸਾਰੀ ਰਾਤ ਮੇਰੀ ਸੇਵਾ ਕੀਤੀ ਹੈ। ਸਾਰੀ ਰਾਤ? ਸ਼ਟ ਅਪ। ਅੱਛਾ, ਫੇਰ ਠੀਕ ਆ, ਮੈਂ ਸਮਝਿਆ ਕਰ ਘੰਟੇ ਕਿਤੋਂ ਇੱਥੇ ਆ। ਦਰ ਫਟੇ ਮੂੰਹ ਤੇਰੇ। ਓ ਮਾਈ ਗੋਡ, ਸੈਂਡੀ ਜੀ, ਕਮ ਔਨ। ਥੈਂਕ ਯੂ। ਤੁਸੀਂ ਕਿਉਂ ਆਪਣਾ ਬਲੱਡ ਪ੍ਰੈਸ਼ਰ ਵਧਾਉਂਦੇ ਹੋ? ਇਹਦਾ ਸ਼ੁਕਰ ਹੈ, ਕੀ ਜਾਣਨ ਇਨਸਾਨੀਅਤ ਕੀ ਹੁੰਦੀ ਹੈ। ਓ ਮੈਡਮ, ਖੜੇ ਹੋ ਗਏ ਨੇ, ਹੱਥ ਛੱਡ ਦੇ ਹੁਣ। ਸੇ ਸੌਰੀ ਟੂ ਹਿਮ। ਸੌਰੀ ਮੈਂਸ਼ਨ ਮਸਟ। ਯਾ ਨਾ ਮੈਡਮ, ਡੋਨਟ ਟੱਚ, ਸਟੂਪਿਡ। ਕਰਾਲੀ ਬੇਇੱਜ਼ਤੀ, ਅੰਦਰੋਂ ਪਿਆਰ ਕਰਦੀ ਆ। ਓਏ ਪਹਾੜੀ ਕਾਂ, ਕੀ ਜਾਣੇ ਪਿਆਰ ਦੀ ਪਹੇਲੀ, ਇਹ ਤਾਂ ਜੀ ਨੇ ਪੱਟ ਲਈ, ਸਮਝ ਲਾ। ਆ ਬਹੁਤੇ ਦੰਦ ਜਾ ਨਾ ਕੱਢ, ਤੂੰ ਸੱਪ ਤੇ ਨਿਓਲੇ ਦੀ ਕਿਤਾਬਾਂ 'ਚ ਲੜਾਈ ਪੜ੍ਹੀ ਹੋਣੀ ਆ। ਹੁਣ ਤੈਨੂੰ ਮੈਂ ਦਿਖਾਊਂ ਨਿਓਲਾ ਸੱਪ ਦੇ ਦੰਦ ਕਿਵੇਂ ਭੰਨਦਾ।